ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਦਾ ਲੇਖ ਸ਼ਬਦ ਭਾਗ ਤੀਜਾ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਇਹ ਲਿਖਤ ਤਕਰੀਬਨ 14-15 ਸਾਲ ਪਹਿਲੇ ਪੜ੍ਹੀ ਗਈ ਹੈ। ਪਿਛਲੇ ਭਾਗ ਵਿੱਚ ਅਸੀਂ ਜੋ ਸ਼ਬਦ ਦੀ ਕਮਾਈ ਦਾ ਇੱਕ ਅੰਗ ਹੈ ਸਿਫਤ ਸਲਾਹ, ਉਸ ਬਾਰੇ ਪੜ੍ਹ ਰਹੇ ਸੀ। ਉਸ ਦੇ ਦੋ ਫਾਇਦੇ ਅਸੀਂ ਪਿਛਲੇ ਭਾਗ ਵਿੱਚ ਪੜ੍ਹੇ। ਇਸ ਤੋਂ ਅੱਗੇ ਜਿਹੜੇ ਹੋਰ ਫਾਇਦੇ ਹਨ ਸਿਫਤ ਸਲਾਹ ਦੇ, ਉਹ ਇਸ ਭਾਗ ਵਿੱਚ ਦਰਸਾਏ ਗਏ ਹਨ। ਨਾਲੇ ਇਸ ਭਾਗ ਵਿੱਚ ਇਹ ਵੀ ਸਾਨੂੰ ਪਤਾ ਲੱਗੇਗਾ ਕਿ ਮਨ ਨੂੰ ਅਸੀਂ ਓਛੇ ਰਸਾਂ ਤੋਂ ਕਿਵੇਂ ਮੋੜ ਸਕਦੇ ਹਾਂ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਤੀਸਰਾ ਫਾਇਦਾ ਸਿਫਤ ਸਲਾਹ ਦਾ ਕਿ ਬਿਸਮਾ ਦੀ ਸਿਫਤ ਤੇ ਪ੍ਰਭੂ ਪ੍ਰੇਮ ਦਾ ਰਸ ਅਨੁਭਵ ਕਰਨ ਨਾਲ ਜਗਿਆਸੂ ਨੂੰ ਆਪਣੀ ਨਿੱਜੀ ਹਸਤੀ ਜਾਂ ਵਡਿਆਈ ਫੋਕੀ ਤੇ ਫਜ਼ੂਲ ਪਾਸਣ ਲੱਗ ਜਾਂਦੀ ਹੈ। ਧਿਆਨ ਦੇਣਾ ਜੀ, ਇਤਨਾ ਅਥਾਹ ਅਗੋਚਰ ਪਰਮਾਤਮਾ ਦੀ ਜਦੋਂ ਅਸੀਂ ਸਿਫਤ ਸਲਾਹ ਕਰਦੇ ਹਾਂ, ਉਹ ਤਾਂ ਇਤਨਾ ਵੱਡਾ, ਉਸਦਾ ਸਵਾਦ ਕਿਤਨਾ, ਜਦੋਂ ਉਸਦਾ ਰਸ ਆ ਜਾਂਦਾ ਹੈ ਫਿਰ ਆਪਣੀ ਵਡਿਆਈ ਤਾਂ ਫਿਰ ਫਜ਼ੂਲ ਹੀ ਲੱਗਦੀ ਹੈ, ਯਾਨੀ ਹਉਮੈ ਦਾ ਅਭਾਵ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਤੀਸਰਾ ਫਾਇਦਾ। ਸੋ ਜਿਸ ਤਰ੍ਹਾਂ ਮਾਂ ਬੱਚੇ ਦੇ ਤੀਬਰ ਪਿਆਰ ਵਿੱਚ ਉਸਦੀ ਸਿਫਤ ਸਲਾਹ ਕਰਦੀ ਨਹੀਂ ਰਹਿੰਦੀ, ਉਸੇ ਤਰ੍ਹਾਂ ਗੁਰਮੁਖ ਜਨ ਆਪਣੀ ਪ੍ਰਭੂ ਦੀ ਸਿਫਤ ਸਲਾਹ ਕਰਦੇ ਨਹੀਂ ਰਹਿੰਦੇ। ਜਨ ਨਾਨਕ ਸਲਾਹ ਨਾ ਰੱਜੈ ਤੁਧ ਕਰਤੇ ਤੂੰ ਹਰ ਸੁਖਦਾਤਾ ਵਡਣ। ਜਿਉਂ ਜਿਉਂ ਸਿਫਤ ਸਲਾਹ ਦਾ ਰਸ ਆਉਂਦਾ ਹੈ, ਪ੍ਰਭੂ ਦੀ ਵੱਧ ਤੋਂ ਵੱਧ ਸਿਫਤ ਕਰਨ ਦਾ ਚਾਅ ਪੈਦਾ ਹੁੰਦਾ ਹੈ। ਇਸ ਤਰ੍ਹਾਂ ਪ੍ਰਭੂ ਦਾ ਨਿਰਮਲ ਭੈ ਤੇ ਪ੍ਰੇਮ ਵੀ ਨਾਲ ਦੇ ਨਾਲ ਵੱਧਦੇ ਜਾਂਦੇ ਹਨ। ਸਿਫਤ ਸਲਾਹ ਦਾ ਰਸ ਆਉਂਦਾ ਹੈ, ਵੱਧ ਤੋਂ ਵੱਧ ਸਿਫਤ ਸਲਾਹ ਆਉਂਦੀ ਹੈ, ਜਿਉਂ ਜਿਉਂ ਸਿਫਤ ਸਲਾਹ ਵੱਧਦੀ ਹੈ ਤਿਉਂ ਤਿਉਂ ਨਿਰਮਲ ਭੈ ਤੇ ਇਲਾਹੀ ਪ੍ਰੇਮ ਵੀ ਵੱਧਦਾ ਜਾਂਦਾ ਹੈ। ਇੱਕ ਹੋਰ ਫਾਇਦਾ ਸਿਫਤ ਸਲਾਹ ਦਾ ਕਿ ਪ੍ਰਭੂ ਅਤੇ ਉਸਦੀ ਕੁਦਰਤ ਬੇਅੰਤ ਹੈ, ਇਸ ਲਈ ਇਲਾਹੀ ਮੰਡਲ ਦੀ ਅਸਚਰਤਾ ਤੇ ਪਿਰਮ ਰਸ ਵੀ ਅਥਾ ਅਪਾਰ ਨਿਤ ਨਵਾਂ ਤੇ ਨੇਹੋ ਨਵੇਲਾ ਹੈ। ਹਾਂਜੀ, ਇੱਕ ਤਰ੍ਹਾਂ ਦਾ ਸਵਾਦ ਨਹੀਂ ਹੈ, ਅਲੱਗ ਤਰ੍ਹਾਂ ਦਾ ਨਿਤ ਨਵਾਂ ਸਵਾਦ ਹੈ। ਉਹ ਨੇਹੋ ਨਵੇਲਾ ਆਪਣੇ ਪ੍ਰੀਤਮ ਸਿਉਂ ਲਾਗ ਰਹੇ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਐਸੇ ਰੱਬੀ ਬਿਸਮਾਦ ਤੇ ਇਲਾਹੀ ਪਿਰਮ ਰਸ ਦੇ ਅਹਿਲਾਦ ਵਿੱਚ ਮਾਇਆ ਦੀ ਹੋਣ ਤੇ ਦੁਨੀਆਂ ਦਾ ਮੋਹ ਆਪਣੇ ਆਪ ਹੀ ਅਲੋਪ ਹੋ ਜਾਂਦਾ ਹੈ। ਧਿਆਨ ਦੇਣਾ ਜੀ, ਅਤ ਤੀਖਣ ਮੋਹ ਕੀ ਫਾਸ ਗੁਰਬਾਣੀ ਵਿੱਚ ਕਿਹਾ ਗਿਆ ਹੈ। ਜ਼ਬਰਦਸਤ ਪਕੜ ਹੈ ਇਸ ਦੁਨੀਆਂ ਦੇ ਮੋਹ ਦੀ, ਇਨਸਾਨ ਨਿਕਲ ਨਹੀਂ ਸਕਦਾ। ਪਰ ਜਦੋਂ ਸਿਫਤ ਸਲਾਹ ਕਰਦਿਆਂ ਕਰਦਿਆਂ ਉਸਦੀ ਮਸਤੀ ਛਾ ਜਾਂਦੀ ਹੈ ਸਿਫਤ ਸਲਾਹ ਦੀ, ਉਸ ਸਿਫਤ ਸਲਾਹ ਦੇ ਅਹਿਲਾਦ ਵਿੱਚ ਦੁਨੀਆਂ ਦਾ ਮੋਹ ਵੀ ਆਪਣੇ ਆਪ ਅਲੋਪ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਸ਼ਬਦ ਸੁਰਤ ਵਿੱਚ ਲਿਵਲੀਨ ਹੋਣ ਨਾਲ ਮਨ ਬੁੱਧੀ ਅਹੰਕਾਰ ਅਥਵਾ ਮਾਇਕੀ ਮੰਡਲ ਦੀ ਸਾਰੀ ਕੁਦਰਤੀ ਛਾਈ ਮਾਈ ਹੋ ਜਾਂਦੀ ਹੈ, ਇੱਥੋਂ ਤੱਕ ਕਿ ਮਾਨਸਿਕ ਹਾਲਤ ਦਾ ਵੀ ਅਭਾਵ ਹੋ ਜਾਂਦਾ ਹੈ। ਇੱਕ ਟਾਈਮ ਐਸਾ ਆਉਂਦਾ ਹੈ ਸਿਫਤ ਸਲਾਹ ਕਰਦਿਆਂ ਕਰਦਿਆਂ ਜਦੋਂ ਸ਼ਬਦ ਸੁਰਤ ਵਿੱਚ ਲਿਵਲੀਨ ਹੋ ਗਈ, ਉਸ ਵੇਲੇ ਪ੍ਰਤੱਖ ਨਜ਼ਰ ਆਉਂਦਾ ਇਹ ਜਗ ਤੂਏ ਕਾ ਪਹਾੜ, ਭਾਵ ਇਹ ਕਿ ਮਾਇਕੀ ਮੰਡਲ ਦੀ ਸਾਰੀ ਕੁਦਰਤੀ ਛਾਈ ਮਾਈ ਹੋ ਜਾਂਦੀ ਹੈ, ਇਨਸਾਨ ਦੀ ਆਪਣੀ ਮਾਨਸਿਕ ਹਾਲਤ ਦਾ ਵੀ ਅਭਾਵ ਹੋ ਜਾਂਦਾ ਹੈ। ਅਗਲਾ ਜ਼ਰੂਰੀ ਅੰਗ ਹੈ ਸ਼ਬਦ ਦੀ ਕਮਾਈ ਦਾ, ਉਹ ਹੈ ਬਾਰੰਬਾਰ ਅਭਿਆਸ। ਜਨਮਾਂ ਜਨਮਾਂ ਤੋਂ ਸਾਡੀ ਸੁਰਤ ਮਾਇਆ ਦੇ ਬਹੁਰੰਗਾਂ ਵਿੱਚ ਪ੍ਰਵਿਰਤ ਹੋ ਕੇ ਰਸ ਲੈਣ ਲਈ ਵਿਚਿੱਤਰਤਾ, ਨਵੀਨਤਾ, ਭਿੰਨਤਾ, ਵੱਖਰੇਵਾਂ ਲੋੜਦੀ ਹੈ ਤੇ ਇਸੇ ਮਨਮੋਹਣੀ ਮਾਇਆ ਵਿੱਚ ਖਚਤ ਰਹਿੰਦੀ ਹੈ, ਕਿਉਂਕਿ ਮਨ ਦਾ ਸੁਭਾਵ ਹੈ ਨਵੀਨਤਾ ਤੇ ਮਾਇਆ ਇਸ ਨੂੰ ਅਨੇਕ ਤਰ੍ਹਾਂ ਨਾਲ ਭਰਮਾਉਂਦੀ ਹੈ, ਇਸੇ ਕਰਕੇ ਤਾਂ ਮਾਇਆ ਵਿੱਚ ਖਚਤ ਰਹਿੰਦਾ ਹੈ। ਮਾਇਆ ਵਿਆਪਤ ਬਹੁ ਪ੍ਰਕਾਰੀ, ਮਾਇਆ ਚਿੱਤਰ ਬਚਿੱਤਰ ਬਿਮੋਹਤ ਬਿਰਲਾ ਬੂਝੈ ਕੋਏ, ਤ੍ਰਿਸ਼ਨ ਨਾ ਬੂਝੀ ਬਹੁਰੰਗ ਮਾਇਆ। ਇਸ ਲਈ ਸਤਿਗੁਰਾਂ ਨੇ ਸਾਡੀ ਸੁਰਤ ਨੂੰ ਅਨੇਕਾਂ ਮਾਇਕੀ ਰਸਾਂ ਤੋਂ ਮੋੜਨ ਲਈ ਤੇ ਪ੍ਰਭੂ ਦੀ ਅਨੰਤ ਰੰਗਾਂ ਵਾਲੀ ਰਸੀਲੀ ਤੇ ਬਿਸਮਾਦੀ ਸਿਫਤ ਸਲਾਹ ਤੇ ਨਿਤ ਨਵੀਂ ਤੇ ਰੰਗੀਲੀ ਪ੍ਰੇਮਾ ਭਗਤੀ ਦੇ ਬਾਰੰਬਾਰ ਅਭਿਆਸ ਦੁਆਰਾ ਸੁਰਤ ਨੂੰ ਨਵੀਂ ਉਚੇਰੀ ਰਸੀਲੀ ਅਨਹਦ ਅਸਚਰਜ ਜੀਵਨ ਸੇਧ ਵੱਲ ਤੋਰਿਆ ਹੈ। ਦੂਜੇ ਲਫ਼ਜ਼ਾਂ ਵਿੱਚ ਸ਼ਬਦ ਸੁਰਤ ਦੇ ਬਾਰੰਬਾਰ ਅਭਿਆਸ ਨਾਲ ਪਹਿਲਾਂ ਤਾਂ ਸੁਰਤ ਮਾਇਕੀ ਰਸਾਂ ਕਸਾਂ ਵਿੱਚੋਂ ਨਿਕਲ ਜਾਂਦੀ ਹੈ। ਜਿਤਨਾ ਅਭਿਆਸ ਵੱਧਦਾ ਹੈ ਮਾਇਕੀ ਰਸਾਂ ਕਸਾਂ ਵਿੱਚੋਂ ਨਿਕਲ ਕੇ ਫਿਰ ਮਾਨਸਿਕ ਸੁਣ ਜਾਂ ਸ਼ੂਨ ਵਿੱਚ ਦਾਖਲ ਹੋ ਜਾਂਦੀ ਹੈ, ਭਾਵ ਕਿ ਦੁਨੀਆਂ ਦੀ ਗ੍ਰੈਵਿਟੀ ਚੋਂ ਨਿਕਲ ਕੇ ਅਫੁਰ ਅਵਸਥਾ ਵਿੱਚ ਜਿੱਥੇ ਕੋਈ ਫੁਰਨਾ ਨਹੀਂ ਉੱਥੇ ਪਹੁੰਚ ਜਾਂਦੀ ਹੈ। ਫਿਰ ਹੋਰ ਅਭਿਆਸ ਕਰਦੇ ਹਾਂ ਉਸ ਸੁਣ ਵਿੱਚੋਂ ਨਿਕਲ ਕੇ ਪ੍ਰਭੂ ਦੀ ਬਿਸਮਾਦੀ ਸਿਫਤ, ਪ੍ਰੇਮ ਸਵੈਪਨਾ, ਚੁੱਪ ਪ੍ਰੀਤ, ਸ਼ੁਕਰ, ਅਰਦਾਸ, ਪੈ ਭਾਵਨੀ, ਬੈਰਾਗ ਦੇ ਇਲਾਹੀ ਮੰਡਲ ਦੇ ਅਨੁਭਵੀ ਵਲਵਲਿਆਂ ਵਿੱਚ ਉਡਾਰੀਆਂ ਲਾਉਂਦੀ ਹੈ।
हां जी जदों फिर सुन विचों निकलदी है फिर कदी बैराग कदी शुक्र कदी अरदास कदी पै भावनी इस तरह अलग अलग तरंगां दे स्वाद विच सुरत रहिंदी है जिवें माया इस नूं अनेक तरंगां नाल भरमाउंदी है इत्थे आ के फिर जदों इहो जिहे उचेरे तरंग उपजदे हन नवीनता भी मिल गई मन दा सुभाव भी कायम रहा मन फिर ओछे रसां तोड़ जांदा सो बारंबार अभ्यास इस शब्द की कमाई का एक बहुत जरूरी अंग है जिस तों अजकल दे सियाने जग्यासु बहुत कन्नी कतराउंदे हन क्यों क्योंकि इस विच बहुत कालना धीरज ते शरदा लोड़ींदी है ते अलूणी सिल चट्टण दी न्याई ध्यान देना जी ये जिहड़े तरंग उपजदे हन बैराग शुकर अरदास वलवले त्याग ये तां बहुत काल न पहले मन निर्मल होवे पुराणी मैल उतरे फिर उपजदे हन शुरुआत विच तां अलूणी सिल चटनी पैंदी है बेस्वाद होके जपना पैंदा है कई वारी तां बिल्कुल उचाट हो जांदा है मन पिछले कर्मां दे गेड़ आ गई इस जन्म विच कोई कीती भुल सामणे आ गई मन ही नहीं करता पर जपना पैंदा है बारंबार बहुत जरूरी है पर सियाणे जग्यासु इस तों कन्नी कतराउंदे हन क्यों क्योंकि शुरुआत विच बहुत अलूणी सिल चटनी है धीरज शरदा ते मेहनत दी लोड़ है कौन करदा मेहनत सो बारंबार अभ्यास शब्द की कमाई का एक बहुत जरूरी अंग है जिस तों अजकल दे सियाने जग्यासु बहुत कन्नी कतराउंदे हन क्योंकि इस विच बहुत कालना तीरज ते शरदा लोणीनी है ते अलूणी सिल चटनी पैंदी है पर खिंडे होए तृष्णालु मन नूं टिकावण दा इको एक साधन भावना सहित शब्द का बारंबार अभ्यास तरीका एको ही है जे टिकावना है तृष्णालु मन नूं खिंडे होए मन नूं एकागर करना और कोई नहीं बारंबार अभ्यास वो भी भावना सहित जिसकी महानता ते विधि नूं गुरबाणी विच यूं दर्शाया गया है एक दूजी बो लख होए लख होवे लखवीस लख लख गेड़ा आखी है एक नाम जगदीश बारंबार बार प्रभ जपी है पी अमृत ए मन तंत्र पिए बार बार हर के गुण गाओ गुर गम भेद सो हर का पाओ सिमर सिमर नाम बारंबार नानक जी का यह आधार पर वेखण विच आया है कि बहुत सारे अध्यात्मक जग्यासु मानसुक सुन जां शून नूं ही नाम सिमरन दी अंतम मंजिल अथवा पूर्ण प्राप्ति इस मन के संतुष्ट हो जांदे हन ऐसे जग्यासुआं कोल भुल यह होंदी है कि किसे मंत्र दा भावनाहीन फोका रटन करदे रहिंदे हन यह बड़ा जरूरी नुकता है अभ्यासी जग्यासु लई क्योंकि पिछे पढ़िया जिहड़ा बारंबार अभ्यास करना है भावना नाल करना है कई जग्यासु की करदे हन बिना भावना तो ही रटन करी जांदे हन मंत्र दा ओ माइकी ग्रेविटी चो तां निकल के सुन विच दाखल हो के उत्थे संतुष्ट हो जांदे हन अफुरा अवस्था विच क्यों क्योंकि बिना भावना तो जपिया उस तों सुन विचों निकलण दा उन्हां नूं कोई राह ही नहीं लभदा किवें निकलण सुनो सुन कहे सब कोई अनहद सुन कहां ते होई नौ सर सुबर दसवें पूरे ते अनहद सुन वजावे तूरे साचे राचे देख अजूरे कटकट साच रहा पर पूरे गुप्ती बाणी प्रगट होए नानक परख ले सच सोए सो जोगी लोक मन नु विकारी चेष्टा तो खाली करन दी हालत नु सुन जा अनहद सुन कहंदे हन पर गुरु नानक साहब जी महाराज ने उन्हां नु समझाया कि इस सुन दी जगह ये अपनियां नौवां गोलकां ते बिरतियां नु दैवी गुणा ते वलवलियां नाल भरपूर करना है ਉਹ ਕਿਵੇਂ ਪਿੱਛੇ ਅਸੀਂ ਪੜਾਇਆ ਹੈ ਭਾਵਨਾ ਸਹਿਤ ਬਿਸਮਾਦੀ ਸਿਫਤ ਸਲਾਹ ਦੁਆਰਾ ਗੁਰਮੰਤਰ ਦਾ ਜਾਪ ਕਰਨਾ ਇਸ ਤਰ੍ਹਾਂ ਕਰਨ ਨਾਲ ਹੁੰਦਾ ਕੀ ਹੈ ਉਹ ਜਿਹੜੇ ਤਰੰਗ ਉਪਜਦੇ ਹਨ ਬੈਰਾਗ ਸ਼ੁਕਰ ਅਰਦਾਸ ਪੈ ਭਾਵਨੀ ਇਹੋ ਜਿਹੇ ਅਨੇਕਾਂ ਤਰ੍ਹਾਂ ਦੇ ਰਸ ਭਰਪੂਰ ਵਲਵਲੇ ਇਹ ਉਪਜਦੇ ਹਨ ਤੇ ਜਦੋਂ ਸਾਡੀਆਂ ਨੌਵਾਂ ਗੋਲਕਾਂ ਇਹਨਾਂ ਵਲਵਲਿਆਂ ਨਾਲ ਭਰਪੂਰ ਹੋ ਜਾਂਦੀਆਂ ਹਨ ਫਿਰ ਕੀ ਹੁੰਦਾ ਹੈ ਸੁਰਤ ਵਿੱਚ ਆਤਮ ਮੰਡਲ ਦਾ ਰਸੀਲਾ ਸੰਗੀਤ ਸੁਣਾਈ ਦਿੰਦਾ ਹੈ ਭਾਵ ਆਤਮਕ ਅਨੰਦ ਪ੍ਰਗਟ ਹੁੰਦਾ ਹੈ ਸੁਰਤ ਪਰਮਾਤਮਾ ਦੇ ਹਾਜ਼ਰ ਨਾਜ਼ਰ ਪ੍ਰਤੱਖ ਦਰਸ਼ਨ ਕਰਦੀ ਹੈ ਸ਼ਬਦ ਦਾ ਅਨੁਭਵੀ ਅਰਥ ਬੁੱਝ ਲਈਦਾ ਹੈ ਤੇ ਜਿਸ ਤੱਤ ਵੱਲ ਸ਼ਬਦ ਸੰਕੇਤ ਕਰਦਾ ਹੈ ਉਹ ਪ੍ਰਗਟ ਪਹਾਰੇ ਹੋ ਜਾਂਦਾ ਹੈ ਪਰ ਹੁੰਦਾ ਕਦੋਂ ਬਹੁਤ ਮਿਹਨਤ ਤੋਂ ਬਾਅਦ ਜਦੋਂ ਅਭਿਆਸ ਕਰਦਿਆਂ ਕਰਦਿਆਂ ਅੰਦਰੋਂ ਇੱਕ ਲਗਾਤਾਰ ਹੀ ਉਹ ਵਲਵਲੇ ਉਪਜ ਪੈਂਦੇ ਹਨ ਤੇ ਉਹ ਵਲਵਲਿਆਂ ਨਾਲ ਸਾਡੀਆਂ ਨੌਵਾਂ ਗੁਲਕਾਂ ਜਦੋਂ ਭਰਪੂਰ ਹੋ ਜਾਂਦੀਆਂ ਫਿਰ ਸੁਰਤ ਵਿੱਚ ਸ਼ਬਦ ਪ੍ਰਤੱਖ ਹਾਜ਼ਰਾ ਹਜ਼ੂਰ ਪਰਮਾਤਮਾ ਦੇ ਦਰਸ਼ਨ ਕਰਾਉਂਦੀ ਹੈ ਇਹ ਜਿਹੜੀ ਅਵਸਥਾ ਹੈ ਗੁਰਸਿੱਖ ਦੀ ਫਿਰ ਤੁਰਦੇ ਫਿਰਦੇ ਕਾਇਮ ਰਹਿੰਦੀ ਹੈ ਮਾਇਰੀ ਪੇਖ ਰਹੀ ਬਿਸਮਾਦ ਅਨਹਾ ਤੁਨੀ ਮੇਰਾ ਮਨ ਮੋਇਓ ਅਚਰਜ ਤਾਂ ਕੇ ਸਵਾਦ
सुनो लोका मैं प्रेम रस पाया, दुर्जन मारे वैरी संगारे, सतगुर मोको हर नाम दिवाया। ते दूजे पासे जोगियां दी रसीण ते अफुर सुन अवस्था केवल शरीरक समाधि दौरानी कायम रहती है। जागृत अवस्था विच ऐसी सुन दा कोई अर्थ जां लाभ नहीं। जब तक एक चोकड़ा मार के बैठे रहे अफुर विच रहे तुरदियां फिरदियां तो अफुर हालत रही ना उन्हां दी तां, पर जिहड़ी गुरसिख दी सहज अवस्था है वह तो तुरदियां फिरदियां कायम रहती है। गुरु रूप प्यारी सात संगत जी, इस लिखत दा अखीरला भाग जिस विच के शब्द की कमाई दे होर मूल अंग दर्शाए गए हैं, आप जी नूं अगे पढ़ के सरवण कराउण की कोशिश करांगे जी। वाहिगुरू जी का खालसा, वाहिगुरू जी की फतेह।